ਪੰਜਾਬੀ ਦੀ ਸਿੱਖਿਆ ਲੈ ਰਹੇ ਸਾਰੇ ਵਿਦਿਆਰਥੀਆਂ ਦਾ YouTube ਚੈਨਲ Learn with Harwinder ਸਰ ਵਿੱਚ ਬਹੁਤ-ਬਹੁਤ ਸਵਾਗਤ ਹੈ ਅੱਜ ਇਸ ਵੀਡੀਓ ਵਿੱਚ ਅਸੀਂ ਕਰਾਂਗੇ ਪੰਜਾਬੀ ਜਮਾਤ 10ਵੀਂ ਵਿਆਕਰਨ ਦਾ ਬਹੁਤ ਹੀ ਮਹੱਤਵਪੂਰਨ ਟੌਪਿਕ ਜਿਸ ਦਾ ਨਾਂ ਹੈ ਬਹੁਅਰਥਕ ਸ਼ਬਦ ਤੇ ਦੋਸਤੋ ਇਸ ਵੀਡੀਓ ਵਿੱਚ ਅਸੀਂ ਇਹ ਸਮਝਾਂਗੇ ਕਿ ਬਹੁਅਰਥਕ ਸ਼ਬਦ ਕਿਸ ਨੂੰ ਕਿਹਾ ਜਾਂਦਾ ਹੈ ਤੇ ਅਸੀਂ ਕੁਝ ਮਹੱਤਵਪੂਰਨ ਬਹੁਅਰਥਕ ਸ਼ਬਦ ਕਰਾਂਗੇ ਜੀਆ ਕੁਝ ਉਦਾਹਰਨਾ ਕਰਾਂਗੇ ਪਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਸੰਦੇਸ਼ ਜੇ ਜੇ ਤੱਕ ਆਪ ਸਾਰਿਆਂ ਨੇ YouTube ਚੈਨਲ Learn with Harwinder ਸਰ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਨਮੀਆਂ ਵੀਡੀਓਸ ਆਪ ਸਾਰਿਆਂ ਨੂੰ ਸਮੇਂ ਸਿਰ ਪ੍ਰਾਪਤ ਹੋ ਸਕੇ ਨਾ ਆਓ ਸ਼ੁਰੂ ਕਰਦੇ ਆਂ ਤੇ ਸਭ ਤੋਂ ਪਹਿਲਾਂ ਅਸੀਂ ਇਹ ਦੇਖਦੇ ਆਂ ਕਿ ਬਹੁਅਰਥਕ ਸ਼ਬਦ ਕਿਸ ਨੂੰ ਕਿਹਾ ਜਾਂਦਾ ਜਿਸ ਸ਼ਬਦ ਦੇ ਇੱਕ ਤੋਂ ਵੱਧ ਅਰਥ ਹੋਣ ਉਸ ਨੂੰ ਬਹੁਅਰਥਕ ਸ਼ਬਦ ਕਿਹਾ ਜਾਂਦਾ ਹੈ ਮੀਨਸ ਕਿ ਜੇ ਇੱਕ ਸ਼ਬਦ ਹੋਵੇ ਪਰ ਉਸ ਦੇ ਕਈ ਅਰਥ ਹੋਣ ਤਾਂ ਉਸ ਸ਼ਬਦ ਨੂੰ ਬਹੁਅਰਥਕ ਸ਼ਬਦ ਕਿਹਾ ਜਾਂਦਾ ਤੇ ਹੁਣ ਜਦੋਂ ਅਸੀਂ ਇਸ ਦੀ ਉਦਾਹਰਣਾਂ ਕਰਾਂਗੇ ਤੇ ਸਾਨੂੰ ਹੋਰ ਵੀ ਕਲੀਅਰ ਹੋ ਜਾਏਗਾ ਤੇ ਆਓ ਹੁਣ ਅਸੀਂ ਕਰਦੇ ਹਾਂ ਇਸ ਦੀਆਂ ਕੁਝ ਉਦਾਹਰਣਾਂ ਤੇ ਸਭ ਤੋਂ ਪਹਿਲਾਂ ਉੱਚਾ ਤੇ ਉੱਚਾ ਦਾ ਇੱਕ ਅਰਥ ਹੁੰਦਾ ਹੈ ਲੰਮਾ ਕਿਸੇ ਹੋਣ ਜਮਾਤ ਵਿੱਚ ਸਭ ਤੋਂ ਉੱਚਾ ਵੀ ਉਹ ਸਾਰਿਆਂ ਨਾਲੋਂ ਉੱਚਾ ਸਾਰਿਆਂ ਨਾਲੋਂ ਲੰਮਾ ਹੈ ਉੱਚਾ ਦਾ ਦੂਜਾ ਅਰਥ ਹੁੰਦਾ ਹੈ ਉੱਚੀ ਆਵਾਜ਼ ਉਸ ਨੂੰ ਉੱਚਾ ਸੋਣਦਾ ਤੇ ਇਸ ਦਾ ਤੀਜਾ ਅਰਥ ਹੋ ਸਕਦਾ ਹੈ ਉੱਚੀ ਥਾਂ ਉਸ ਦਾ ਕਰ ਪਿੰਡ ਵਿੱਚ ਸਭ ਨਾਲੋਂ ਉੱਚਾ ਤੇ ਹੁਣ ਅਸੀਂ ਇਹ ਦੇਖ ਲਿਆ ਵੀ ਸ਼ਬਦ ਇੱਕੋ ਹੀ ਹੈ ਪਰ ਇਸ ਦੇ ਕਈ ਅਰਥ ਹਨ ਤੇ ਅਜਿਹੇ ਸ਼ਬਦ ਨੂੰ ਬਹੁਵਰਥਕ ਸ਼ਬਦ ਕਿਹਾ ਜਾਂਦਾ ਇੱਕ ਹੋਰ ਸ਼ਬਦ ਦੇਖਦੇ ਹਾਂ ਸ਼ਬਦ ਹੈ ਉੱਤਰ ਤੇ ਉੱਤਰ ਦਾ ਇੱਕ ਅਰਥ ਹੁੰਦਾ ਹੈ ਜਵਾਬ ਤੇ ਜਿਵੇਂ ਪ੍ਰਸ਼ਨ ਦਾ ਉੱਤਰ ਦੇਣਾ ਹੁੰਦਾ ਹੈ ਕਿ ਰੋਹਨ ਨੇ ਪ੍ਰਸ਼ਨ ਦਾ ਉੱਤਰ ਦਿੱਤਾ ਸਵਾਲ ਦਾ ਜਵਾਬ ਦਿੱਤਾ ਤੇ ਉੱਤਰ ਦਾ ਹੀ ਅਰਥ ਹੁੰਦਾ ਦਿਸ਼ਾ ਉਸ ਦਾਕਰ ਉੱਤਰ ਵੱਲ ਹੈ ਕਿ ਇੱਥੇ ਉੱਤਰ ਹੈ ਉਹ ਦਿਸ਼ਾ ਅਗਲਾ ਸ਼ਬਦ ਹੈ ਅੰਗ ਤੇ ਅੰਗ ਦਾ ਇੱਕ ਅਰਥ ਹੈ ਨਾਲ ਰੱਬ ਸਾਡੇ ਅੰਗ ਸੰਗ ਹੈ ਕਿ ਹਮੇਸ਼ਾ ਪਰਮਾਤਮਾ ਰੱਬ ਸਾਡੇ ਨਾਲ ਹੈ ਤੇ ਅੰਗ ਦਾ ਈਕਰਤ ਹੁੰਦਾ ਹੈ ਰਿਸ਼ਤੇਦਾਰ ਕਿ ਸਾਨੂੰ ਆਪਣੇ ਅੰਗ ਸਾਥ ਨਾਲ ਬਣਾ ਕੇ ਰੱਖਣੀ ਚਾਹੀਦੀ ਹੈ ਸਾਨੂੰ ਆਪਣੇ ਰਿਸ਼ਤੇਦਾਰਾਂ ਨਾਲ ਬਣਾ ਕੇ ਰੱਖਣੀ ਚਾਹੀਦੀ ਹੈ ਤੇ ਅੰਗ ਸਰੀਰ ਦੇ ਅੰਗ ਨੂੰ ਵੀ ਕਿਹਾ ਜਾਂਦਾ ਹੈ ਬਿਮਾਰ ਹੋਣ ਕਾਰਨ ਉਸ ਦੇ ਸਰੀਰ ਦਾ ਇੱਕ ਅੰਗ ਮਾਰਿਆ ਗਿਆ ਅਗਲਾ ਸ਼ਬਦ ਹੈ ਸੰਗ ਤੇ ਸੰਗ ਦਾ ਈਕਰਤ ਹੈ ਸਾਥ ਸਾਨੂੰ ਚੰਗੇ ਲੋਕਾਂ ਦਾ ਸੰਗ ਕਰਨਾ ਚਾਹੀਦਾ ਹੈ ਕਿ ਸਾਨੂੰ ਚੰਗੇ ਲੋਕਾਂ ਦੀ ਸੰਗਤ ਕਰਨੀ ਚਾਹੀਦੀ ਹੈ ਤੇ ਸੰਗ ਦਾ ਈਕਰਤ ਹੁੰਦਾ ਹੈ ਸ਼ਰਮ ਕਿਸੇ ਤੋਂ ਆਪਣੇ ਪੈਸੇ ਮੰਗਣ ਵਿੱਚ ਸੰਗ ਨਹੀਂ ਕਰਨੀ ਚਾਹੀਦੀ বিজয় ਤੁਸੀਂ ਕਿਸੇ ਤੋਂ ਆਪਣੇ پیسے ਮੰਗ ਰਹੇ ਤਾਂ ਤੁਹਾਨੂੰ ਸ਼ਰਮ ਜਾਂ ਸੰਗ ਨਹੀਂ ਕਰਨੀ ਚਾਹੀਦੀ। ਅਗਲਾ ਸ਼ਬਦ ਹੈ ਸਾਰ। ਸਾਰ ਦਾ ਇੱਕ ਅਰਥ ਹੈ ਸੰਖੇਪ ਕਰਨਾ। ਅਧਿਆਪਕ ਨੇ ਸਾਨੂੰ ਕਹਾਣੀ ਦਾ ਸਾਰ ਲਿਖਣ ਲਈ ਕਿਹਾ। ਸਾਰ ਦਾ ਇੱਕ ਅਰਥ ਹੁੰਦਾ ਹੈ ਖਬਰ। ਸਾਨੂੰ ਆਪਣੇ ਮਾਪਿਆਂ ਦੀ ਸਾਰ ਲੈਣੀ ਚਾਹੀਦੀ ਹੈ ਕਿ ਸਾਨੂੰ ਆਪਣੇ ਮਾਪਿਆਂ ਦੀ ਖਬਰ ਲੈਣੀ ਚਾਹੀਦੀ ਹੈ ਉਹਨਾਂ ਦਾ ਹਾਲਚਾਲ ਪੁੱਛਣਾ ਚਾਹੀਦਾ। ਤੇ ਸਾਰ ਦਾ ਇੱਕ ਅਰਥ ਹੁੰਦਾ ਹੈ ਗੁਜ਼ਾਰਾ। ਮੈਂ 500 ਰੁਪਏ ਨਾਲ ਸਾਰ ਲਵਾऊंगा ਕਿ ਮੇਰਾ 500 ਰੁਪਏ ਨਾਲ ਗੁਜ਼ਾਰਾ ਹੋ ਜਾਏਗਾ। ਅਗਲਾ ਸ਼ਬਦ ਹਾਰ। ਤਿਹਾਰ ਦਾ ਇੱਕ ਅਰਥ ਹੁੰਦਾ ਹਾਰਨਾ ਸਾਡੇ ਸਕੂਲ ਦੀ ਟੀਮ ਮੈਚ ਹਾਰ ਗਈ ਤੇ ਹਾਰ ਦਾ ਦੂਜਾ ਅਰਥ ਹੁੰਦਾ ਗਲਦਾ ਗਹਿਣਾ ਜੋਤੀ ਨੇ ਸੋਨੇ ਦਾ ਹਾਰ ਖਰੀਦਿਆ ਤਿਹਾਰ ਦਾ ਇੱਕ ਅਰਥ ਹੁੰਦਾ ਫੁੱਲਾਂ ਦੀ ਮਾਲਾ ਉਸ ਨੇ ਨੇਤਾ ਨੂੰ ਹਾਰ ਪਾਇਆ ਤਿਹਾਰ ਦਾ ਇੱਕ ਅਰਥ ਹੁੰਦਾ ਥਕਣਾ ਪੂਰੇ ਦਿਨ ਮਿਹਨਤ ਕਰਨ ਤੋਂ ਬਾਅਦ ਉਹ ਥੱਕ ਹਾਰ ਕੇ ਬੈਠ ਗਿਆ ਅਗਲਾ ਸ਼ਬਦ ਹਾਲ ਤੇ ਹਾਲ ਦਾ ਇੱਕ ਅਰਥ ਹੁੰਦਾ ਵੱਡਾ ਕਮਰਾ ਸਾਡੀ ਪ੍ਰੀਖਿਆ ਹਾਲ ਵਿੱਚ ਹੋਵੇਗੀ ਦੂਜਾ ਅਰਥ ਹੈ ਹਾਲਤ ਰੋਹਨ ਨੇ ਮੇਰਾ ਹਾਲ ਪੁੱਛਿਆ ਵੀ ਉਸਨੇ ਹਾਲਚਾਲ ਪੁੱਛਿਆ ਤੇ ਹਾਲ ਦਾ ਇੱਕ ਅਰਥ ਹੁੰਦਾ ਵੇਰਵਾ ਤੇ ਮੈਂ ਮੈਚ ਦਾ ਹਾਲ ਰੇਡੀਓ ਵਿੱਚ ਸੁਣਿਆ ਅਗਲਾ ਸ਼ਬਦ ਹੈ ਕੋਟ ਕੋਟ ਹੁੰਦਾ ਪੈਨਰ ਦਾ ਕਪੜਾ ਮੈਂ ਸਕੂਲ ਵਿੱਚ ਕੋਟ ਪਾ ਕੇ ਜਾਵਾਂਗਾ ਤੇ ਇੱਕ ਅਰਥ ਹੁੰਦਾ ਕੋਟ ਦਾ ਕਿਲਾ ਇਹ ਕੋਟ ਮਹਾਰਾਣਾ ਪ੍ਰਤਾਪ ਨੇ ਬਣਵਾਇਆ ਸੀ ਇਹ ਕਿਲਾ ਮਹਾਰਾਣਾ ਪ੍ਰਤਾਪ ਨੇ ਬਣਵਾਇਆ ਸੀ ਤੇ ਇੱਕ ਅਰਥ ਹੁੰਦਾ ਕਰੋੜ ਸਾਨੂੰ ਪਰਮਾਤਮਾ ਦਾ ਕੋਟ ਕੋਟ ਧੰਨਵਾਦ ਕਰਨਾ ਚਾਹੀਦਾ ਹੈ ਅਗਲਾ ਸ਼ਬਦ ਹੈ ਡੰਡੀ ਤੇ ਡੰਡੀ ਦਾ ਇੱਕ ਅਰਥ ਹੁੰਦਾ ਹੈ ਪੂਰਨ ਵਿਰਾਮ ਪੰਜਾਬੀ ਵਿਆਕਰਨ ਦੇ ਨਿਯਮ ਅਨੁਸਾਰ ਵਾਕ ਦੇ ਅੰਤ ਵਿੱਚ ਡੰਡੀ ਲੱਗਦੀ ਹੈ ਤੇ ਡੰਡੀ ਦਾ ਇੱਕ ਅਰਥ ਹੁੰਦਾ ਹੈ ਛੋਟਾ ਰਸਤਾ ਐ ਡੰਡੀ ਬਹੁਤ ਤੰਗ ਹੈ ਕਿ ਇਹ ਬਹੁਤ ਹੀ ਪੀੜਾ ਰਸਤਾ ਹੈ ਤੇ ਡੰਡੀ ਦਾ ਇੱਕ ਅਰਥ ਹੁੰਦਾ ਹੈ ਟਾਣੀ ਇਸ ਦਰਖਤ ਦੀ ਡੰਡੀ ਬਹੁਤ ਕੱਚੀ ਹੈ ਅਗਲਾ ਸ਼ਬਦ ਦੇਖਦੇ ਹਾਂ ਵੱਟ ਤੇ ਵੱਟ ਦਾ ਇੱਕ ਅਰਥ ਹੁੰਦਾ ਹੈ ਹਮਸ ਗਰਮੀ ਕਰਕੇ ਅੱਜ ਬਹੁਤ ਵੱਟ ਹੈ ਤੇ ਵੱਟ ਦਾ ਇੱਕ ਅਰਥ ਹੁੰਦਾ ਹੈ ਮਰੋੜ ਸੋਹਣ ਦੇ ਪੇਟ ਵਿੱਚ ਵੱਟ ਪੈ ਰਹੇ ਹਨ ਤੇ ਵੱਟ ਦਾ ਇੱਕ ਅਰਥ ਹੁੰਦਾ ਵਿਕਰੀ ਉਸ ਨੇ ਸਵੇਰ ਤੋਂ ਦੁਕਾਨ ਵਿੱਚ 20000 ਰੁਪਏ ਵੱਟ ਲਏ। ਵਿਸਵੇਰ ਤੋਂ ਉਸ ਦੀ ਦੁਕਾਨ ਵਿੱਚ 20000 ਦੀ ਵਿਕਰੀ ਹੋ ਗਈ। ਅਗਲਾ ਸ਼ਬਦ ਹੈ ਵਾਰ ਤੇ ਵਾਰ ਦਾ ਇੱਕ ਅਰਥ ਹੁੰਦਾ ਦਿਨ ਕੱਲ ਸੋਮਵਾਰ ਹੈ ਤੇ ਵਾਰ ਦਾ ਇੱਕ ਅਰਥ ਹੁੰਦਾ ਹਮਲਾ ਉਸ ਨੇ ਚਾਕੂ ਨਾਲ ਵਾਰ ਕੀਤਾ ਤੇ ਵਾਰ ਦਾ ਇੱਕ ਅਰਥ ਹੁੰਦਾ ਵਾਰੀ ਮੈਂ ਤੁਹਾਨੂੰ ਪਹਿਲੀ ਵਾਰ ਮਿਲੇ ਹਾਂ। ਤੇ ਇੱਕ ਵਾਰ ਹੁੰਦੀ ਹੈ 22 ਰਸੀ ਵਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚੰਡੇ ਦੇ ਵਾਰ ਲਿਖੇ ਸੀ ਤੇ ਦੋਸਤੋ ਇਹ ਸੀਗੇ ਆ ਬਹੁ ਅਰਥਕ ਸ਼ਬਦ ਦਿਆਂ ਮਹੱਤਵਪੂਰਨ ਉਦਾਹਰਨਾ ਪਰ ਜੇ ਤੁਸੀਂ ਇਸ ਦੇ ਬਹੁ ਵਿਕਲਪੀ ਪ੍ਰਸ਼ਨ ਕਰਨੇ ਹਨ ਕਿਉਂਕਿ 10ਵੀਂ ਜਮਾਤ ਦੀ CBSE ਦੀ ਪ੍ਰੀਖਿਆ ਵਿੱਚ ਬਹੁ ਵਿਕਲਪੀ ਪ੍ਰਸ਼ਨ ਪੁੱਛੇ ਜਾਣਗੇ ਤਾਂ ਉਸ ਦੀ ਅਸੀਂ ਇੱਕ ਅਲੱਗ ਤੋਂ ਵੀਡੀਓ ਬਣਾਈ ਹੈ ਉਸ ਵੀਡੀਓ ਦਾ ਲਿੰਕ ਤੁਹਾਡੇ ਡਿਸਕ੍ਰਿਪਸ਼ਨ ਬਾਕਸ ਵਿੱਚ ਵੀ ਦਿੱਤਾ ਗਿਆ ਹੈ ਅਤੇ ਤੁਹਾਡੀ ਸਕਰੀਨ ਦੇ ਸਾਹਮਣੇ ਵੀ ਆ ਰਿਹਾ ਤੇ ਇਸ ਦੀ ਪੂਰੀ ਤਰ੍ਹਾਂ ਤਿਆਰੀ ਲਈ ਆਪ ਸਾਰੇ ਵਿਦਿਆਰਥੀ ਉਸ ਵੀਡੀਓ ਨੂੰ ਵੀ ਜ਼ਰੂਰ ਦੇਖੋ